ਜੋ ਬਾਰਡਰ 'ਤੇ ਲੜਦੇ ਹਾਂ ਫਿਰ ਅਸੀਂ ਦੇਸ਼ ਭਗਤ ਹਾਂ। ਜੇ ਅਸੀਂ ਆ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਤਾਂ ਤੁਹਾਡੇ ਘਰਾਮ ਚੌਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਰਲਡ ਹੈ ਇਹ ਕਿ ਫੌਜੀ ਆਪਦਾ ਕੰਮ ਨਹੀਂ ਜਾਣਦੇ। ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚੱਲਦੇ ਕਰਤਾ ਤੁਹਾਡੇ ਮੰਤਰੀਆਂ ਨੇ, ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਸਿੰਘ ਸਲਾਰੀ ਨੇ ਜਿਹੜਾ ਫੜਿਆ ਗਿਆ ਮੋਰਨੀ ਦੇਸ਼ ਦਾ, ਉਦੋਂ ਬਾਅਦ ਜਿਹੜਾ ਮੀਤਹਿਰ ਖੜਿਆ ਸੰਗਰੂਰ ਤੋਂ ਉਹਨੇ ਜੀ, ਅਰੋੜਾ ਸਾਹਿਬ ਨੇ ਜੀ, ਚੀਮਾ ਸਾਹਿਬ ਨੇ ਜੀ, 5 ਬੰਦਿਆਂ ਨੇ ਬਹਿ ਕੇ ਸਾਡਾ ਜਿਹੜੀ ਸਕੀਮ ਸਾਨੂੰ ਬੰਦ ਕਰਤੀ। ਅਸੀਂ ਗਰੀਬ ਮਜ਼ਦੂਰਾਂ ਦੀਆਂ ਦਬੇ ਕੁਚਲੇ ਲੋਕਾਂ ਦੀਆਂ ਸਗਨ ਸਕੀਮਾਂ, ਪੈਨਸ਼ਨਾਂ, ਆਟਾ ਦਾਲ, ਨਿੱਕੀ ਨਿੱਕੀ ਸਕੀਮਾਂ ਅਸੀਂ ਉਹਨਾਂ ਤੱਕ ਪਹੁੰਚਦੀਆਂ ਕਰਦੇ ਸੀ। ਨਾਲ ਲਿਆ ਕੇ ਜੀ ਪੈਨਸ਼ਨ ਲਵਾਉਂਦੇ ਸੀਗੇ, ਰਜਿਸਟਰੀ ਹੁੰਦੀ ਸੀ ਗਰੀਬ ਬੰਦੇ ਦੀ, ਰਜਿਸਟਰੀ ਕਰਾਉਂਦੇ ਜ਼ਿਲ੍ਹੇਦਾਰ ਤੋਂ। ਛੋਟੇ ਘੜਮ ਚੌਧਰੀ ਨੇ ਇਹੋ ਜਿਹੀ ਰਿਪੋਰਟ ਦਿੱਤੀ ਆਪ ਪਾਰਟੀਆਂ ਨੇ ਕਿ ਇਹ ਫੌਜੀ ਨੂੰ ਹਟਾਉਣਾ ਚਾਹੀਦਾ। ਜਦੋਂ ਅਸੀਂ ਬਾਰਡਰ 'ਤੇ ਲੜਦੇ ਹਾਂ ਫਿਰ ਅਸੀਂ ਦੇਸ਼ ਭਗਤ ਹਾਂ। ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਤਾਂ ਤੁਹਾਡੇ ਘੜਮ ਚੌਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਰਲਡ ਹੈ ਇਹ ਕਿ ਫੌਜੀ ਆਪਦਾ ਕੰਮ ਨਹੀਂ ਜਾਣਦੇ। ਅਸੀਂ 84 ਤੋਂ 20 ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦਾ ਕੰਮ ਜਾਣਦੇ ਹਾਂ। ਅਸੀਂ ਫੌਜੀ ਬਿਲਕੁਲ ਜੀ ਤੁਹਾਡੀ ਪਾਰਟੀ ਦੇ ਵਿੱਚ ਅਸੀਂ ਵੋਟਾਂ ਪਾਈਆਂ, ਤੁਹਾਨੂੰ ਅਸੀਂ ਬਦਲਾਓ ਕੀਤਾ ਪਰ ਬਦਲਾਓ ਦਾ ਸਾਨੂੰ ਰਿਜ਼ਲਟ ਹੀ ਮਿਲਿਆ। ਇੱਕ ਮਿੰਟ, ਤੁਸੀਂ ਸਟੇਜ ਤੋਂ ਕਮੈਂਟਰੀ ਕਰਦੇ ਰਹੇ ਹਾਂ, ਕਮੇਟੀ ਕਰਦੇ ਰਹੇ, ਫੌਜੀਆਂ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ। ਮੁੱਖ ਮੰਤਰੀ ਦੇ ਮੰਤਰੀ ਦੇ ਰਾਸ਼ਟਰਪਤੀ ਰਾਜਪਾਲ ਸਾਹਿਬ ਨੇ 5 ਮੈਂਬਰ ਮੰਤਰੀਆਂ ਦੀ ਕਮੇਟੀ ਬਣਾਈ ਸੀ, 12 ਸਾਡੀਆਂ ਮੀਟਿੰਗਾਂ ਹੋਈਆਂ ਜੀ। ਸਾਨੂੰ ਗੋਂਗਲੋਂ ਤੋਂ ਮਿੱਟੀ ਝਾੜੀ ਹੈ ਸਾਡੇ ਨਾਲ, ਸਾਨੂੰ ਅੱਜ ਬਹਾਰ ਨਹੀਂ ਮਿਲਿਆ, ਬਹਾਰ ਦੀ ਗੱਲ ਨਹੀਂ ਜੀ। ਜਿਹੜਾ ਸਾਨੂੰ ਬੋਲਿਆ ਜੀ ਉਹਨੇ, ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਣਦੇ ਜੀ, ਉਹਦੀ ਗਲਤੀ ਮਨਾਉਣ ਚਾਹੁੰਦੇ ਸਟੇਜ ਖੜ ਕੇ ਦੱਸਦੇ ਨਹੀਂ ਤਾਂ ਅਸੀਂ ਉਹਦੇ ਮਰਨ ਤੱਕ ਅਸੀਂ ਮਰਨ ਤੱਕ ਉਹਦਾ ਖੇੜਾ ਨਹੀਂ। ਤੁਹਾਡੀ ਗੱਲ ਪਹੁੰਚਾ ਦੂੰਗਾ ਜੀ। ਨਹੀਂ ਕਹਿ ਸਕਦਾ ਸਾਡੀ ਬੇਨਤੀ ਇਹ ਹੈ ਵੀ ਬੜੇ ਚਿਰ ਤੋਂ ਅਸੀਂ ਪਿਛਲੇ 20-20 ਸਾਲਾਂ ਤੋਂ ਅਸੀਂ ਜਿਹੜਾ ਕਣਕ ਮਰਦੇ ਰਾਸ਼ਨ ਮਰਦੇ ਹਾਂ, ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡਾ ਸਾਰਾ ਜਿਹੜਾ ਰੁਜ਼ਗਾਰ ਖੋ ਕੇ ਆ ਉਹ ਦੂਜਿਆਂ ਬੰਦਿਆਂ ਨੂੰ ਦਿੱਤਾ ਜਾ ਰਿਹਾ। ਅਸੀਂ ਕਹਿੰਦੇ ਹਾਂ ਵੀ ਤੁਹਾਡੀ ਸਕੀਮ ਚੱਲਦੀ ਹੈ ਚਲਾਓ ਜੀ, ਸਦ ਕੇ ਅਸੀਂ ਤੁਹਾਡੇ ਨਾਲ ਹੈ, ਪਰ ਸਾਨੂੰ ਤਾਂ ਉਹਨਾਂ ਨੇ ਬੇਰੁਜ਼ਗਾਰ ਕਰੋ, ਸਾਡੇ ਥਰੂ ਚਲਾ ਲਓ, ਆਟਾ ਵੰਡ ਰਿਹਾ ਸਾਡੇ ਥਰੂ ਵੰਡ ਦਿਓ, ਅਸੀਂ ਵੰਡ ਦਿਆਂਗੇ ਆਟਾ, ਸਾਡੇ 'ਚ ਕੀ ਕਮੀ ਹੈ ਜੀ, ਅਸੀਂ 47 ਰੁਪਏ ਕਣਕ ਵੰਡ ਰਹੇ ਹਾਂ, ਸਰਕਾਰ 30,000 ਰੁਪਏ ਤਨਖਾਹ ਦੇ ਕੇ 8,000 ਰੁਪਏ ਹੈਲਪਰਾਂ ਨੂੰ ਦੇ ਕੇ ਜਿਹੜਾ ਆਟਾ ਵੰਡਾ ਰਹੀ ਹੈ ਜੀ, ਸਾਡੇ ਨਾਲ ਕੋਈ ਵਿਤਕਰਾ ਕੀਤਾ ਜਾ ਰਿਹਾ। ਠੀਕ ਹੈ ਜੀ, ਮੈਂ ਤੁਹਾਡੀ ਇਹ ਗੱਲ ਪਹੁੰਚਾ ਦੂੰਗਾ। ਜਦੋਂ ਅਸੀਂ ਬਾਰਡਰ 'ਤੇ ਲੜਦੇ ਹਾਂ ਫਿਰ ਅਸੀਂ ਦੇਸ਼ ਭਗਤ ਹਾਂ। ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਤਾਂ ਤੁਹਾਡੇ ਘੜਮ ਚੌਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਰਲਡ ਹੈ ਇਹ ਕਿ ਫੌਜੀ ਆਪਦਾ ਕੰਮ ਨਹੀਂ ਜਾਣਦੇ। ਜਿਹੜਾ ਸਾਨੂੰ ਬੋਲਿਆ ਜੀ ਉਹਨੇ, ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਣਦੇ ਜੀ, ਉਹਦੀ ਗਲਤੀ ਮਨਾਉਣ ਚਾਹੁੰਦੇ ਸਟੇਜ ਖੜ ਕੇ ਦੱਸਦੇ। 30,000 ਰੁਪਏ ਤਨਖਾਹ ਦੇ ਕੇ 8,000 ਰੁਪਏ ਹੈਲਪਰਾਂ ਨੂੰ ਦੇ ਕੇ ਜਿਹੜਾ ਆਟਾ ਵੰਡਾ ਰਹੀ ਹੈ ਜੀ, ਸਾਡੇ ਨਾਲ ਕੋਈ ਵਿਤਕਰਾ ਕੀਤਾ ਜਾ ਰਿਹਾ। ਠੀਕ ਹੈ ਜੀ, ਮੈਂ ਤੁਹਾਡੀ ਇਹ ਗੱਲ ਪਹੁੰਚਾ ਦੂੰਗਾ। ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚੱਲਦੇ ਕਰਤਾ ਤੁਹਾਡੇ ਮੰਤਰੀਆਂ ਨੇ, ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਸਿੰਘ ਸਲਾਰੀ ਨੇ ਜਿਹੜਾ ਫੜਿਆ ਗਿਆ ਮੋਰਨੀ ਦੇਸ਼ ਦਾ, ਉਦੋਂ ਬਾਅਦ ਜਿਹੜਾ ਮੀਤਹਿਰ ਖੜਿਆ ਸੰਗਰੂਰ ਤੋਂ ਉਹਨੇ ਜੀ, ਅਰੋੜਾ ਸਾਹਿਬ ਨੇ ਜੀ, ਚੀਮਾ ਸਾਹਿਬ ਨੇ ਜੀ, 5 ਬੰਦਿਆਂ ਨੇ ਬਹਿ ਕੇ ਸਾਡਾ ਜਿਹੜੀ ਸਕੀਮ ਸਾਨੂੰ ਬੰਦ ਕਰਤੀ। ਅਸੀਂ ਗਰੀਬ ਮਜ਼ਦੂਰਾਂ ਦੀਆਂ ਦਬੇ ਕੁਚਲੇ ਲੋਕਾਂ ਦੀਆਂ ਸਗਨ ਸਕੀਮਾਂ, ਪੈਨਸ਼ਨਾਂ, ਆਟਾ ਦਾਲ, ਨਿੱਕੀ ਨਿੱਕੀ ਸਕੀਮਾਂ ਅਸੀਂ ਉਹਨਾਂ ਤੱਕ ਪਹੁੰਚਦੀਆਂ ਕਰਦੇ ਸੀ। ਨਾਲ ਲਿਆ ਕੇ ਜੀ ਪੈਨਸ਼ਨ ਲਵਾਉਂਦੇ ਸੀਗੇ, ਰਜਿਸਟਰੀ ਹੁੰਦੀ ਸੀ ਗਰੀਬ ਬੰਦੇ ਦੀ, ਰਜਿਸਟਰੀ ਕਰਾਉਂਦੇ ਜ਼ਿਲ੍ਹੇਦਾਰ ਤੋਂ।
ਛੋਟੇ ਘੜਮ ਚੌਧਰੀ ਨੇ ਇਹੋ ਜਿਹੀ ਰਿਪੋਰਟ ਦਿੱਤੀ ਆਪ ਪਾਰਟੀਆਂ ਨੇ ਕਿ ਇਹ ਫੌਜੀ ਨੂੰ ਹਟਾਉਣਾ ਚਾਹੀਦਾ। ਜਦੋਂ ਅਸੀਂ ਬਾਰਡਰ 'ਤੇ ਲੜਦੇ ਹਾਂ ਫਿਰ ਅਸੀਂ ਦੇਸ਼ ਭਗਤ ਹਾਂ, ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਤਾਂ ਤੁਹਾਡੇ ਘੜਮ ਚੌਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਲਡ ਹੈ ਇਹ ਕਿ ਫੌਜੀ ਆਪਦਾ ਕੰਮ ਨਹੀਂ ਜਾਣਦੇ। ਅਸੀਂ 84 ਤੋਂ 20 ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦਾ ਕੰਮ ਜਾਣਦੇ ਹਾਂ। ਅਸੀਂ ਤੁਹਾਡੀ ਪਾਰਟੀ ਦੇ ਵਿੱਚ ਅਸੀਂ ਵੋਟਾਂ ਪਾਈਆਂ, ਤੁਹਾਨੂੰ ਅਸੀਂ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਰਿਜ਼ਲਟ ਇਹ ਮਿਲਿਆ। ਇੱਕ ਮਿੰਟ, ਤੁਸੀਂ ਸਟੇਜ ਤੋਂ ਕਮੈਂਟਰੀ ਕਰਦੇ ਰਹੇ, ਕਮੇਟੀ ਕਰਦੇ ਰਹੇ ਫੌਜੀਆਂ ਬਾਰੇ ਵੀ ਕਰਦੇ ਰਹੇ ਤੁਸੀਂ, ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ। ਮੁੱਖ ਮੰਤਰੀ ਦੇ ਮੰਤਰੀ ਦੇ ਰਾਸ਼ਟਰਪਤੀ ਰਾਜਪਾਲ ਸਾਹਿਬ ਨੇ 5 ਮੈਂਬਰ ਮੰਤਰੀਆਂ ਦੀ ਕਮੇਟੀ ਬਣਾਈ ਸੀ, 12 ਸਾਡੀਆਂ ਮੀਟਿੰਗਾਂ ਹੋਈਆਂ ਜੀ। ਸਾਨੂੰ ਗੋਂਗਲੋਂ ਤੋਂ ਮਿੱਟੀ ਝਾੜੀ ਹੈ ਸਾਡੇ ਨਾਲ, ਸਾਨੂੰ ਅੱਜ ਬਹਾਰ ਨਹੀਂ ਮਿਲਿਆ, ਬਹਾਰ ਦੀ ਗੱਲ ਜੀ। ਜਿਹੜਾ ਸਾਨੂੰ ਬੋਲਿਆ ਜੀ ਉਹਨੇ, ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਣਦੇ ਜੀ, ਉਹਦੀ ਗਲਤੀ ਮਨਾਉਣਾ ਚਾਹੁੰਦੇ ਸਟੇਜ ਖੜ ਕੇ ਦੱਸਦੇ ਬੈਠੇ, ਨਹੀਂ ਤਾਂ ਅਸੀਂ ਉਹਦੇ ਮਰਨ ਤੱਕ ਅਸੀਂ ਮਰਨ ਤੱਕ ਉਹਦਾ ਖੇੜਾ ਨਹੀਂ। ਮੈਂ ਤੁਹਾਡੀ ਗੱਲ ਪਹੁੰਚਾ ਦੂੰਗਾ। ਨਹੀਂ ਕਹਿ ਸਕਦਾ ਸਾਡੀ ਬੇਨਤੀ ਇਹ ਹੈ ਵੀ ਬੜੇ ਚਿਰ ਤੋਂ ਅਸੀਂ ਪਿਛਲੇ 20-20 ਸਾਲਾਂ ਤੋਂ ਅਸੀਂ ਜਿਹੜਾ ਕਣਕ ਮਰਦੇ ਰਾਸ਼ਨ ਵੰਡਦੇ ਹਾਂ, ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡਾ ਸਾਰਾ ਜਿਹੜਾ ਰੁਜ਼ਗਾਰ ਖੋ ਕੇ ਆ ਉਹ ਦੂਜਿਆਂ ਬੰਦਿਆਂ ਨੂੰ ਦਿੱਤਾ ਜਾ ਰਿਹਾ। ਅਸੀਂ ਕਹਿੰਦੇ ਹਾਂ ਵੀ ਤੁਹਾਡੀ ਸਕੀਮ ਚੱਲਦੀ ਹੈ ਚਲਾਓ, ਜੀ ਸਦ ਕੇ ਅਸੀਂ ਤੁਹਾਡੇ ਨਾਲ ਹੈ, ਪਰ ਸਾਨੂੰ ਤਾਂ ਉਹਨਾਂ ਨੇ ਬੇਰੁਜ਼ਗਾਰ ਕਰੋ, ਸਾਡੇ ਥਰੂ ਚਲਾ ਲਓ, ਆਟਾ ਵੰਡ ਰਿਹਾ ਸਾਡੇ ਥਰੂ ਵੰਡ ਦਿਓ, ਅਸੀਂ ਵੰਡ ਦਿਆਂਗੇ ਆਟਾ, ਸਾਡੇ 'ਚ ਕੀ ਕਮੀ ਹੈ ਜੀ, ਅਸੀਂ 47 ਰੁਪਏ ਵੰਡ ਰਹੇ ਹਾਂ, ਸਰਕਾਰ 30,000 ਰੁਪਏ ਤਨਖਾਹ ਦੇ ਕੇ 8,000 ਰੁਪਏ ਹੈਲਪਰਾਂ ਨੂੰ ਦੇ ਕੇ ਜਿਹੜਾ ਆਟਾ ਵੰਡਾ ਰਹੀ ਹੈ ਜੀ, ਸਾਡੇ ਨਾਲ ਕੋਈ ਵਿਤਕਰਾ ਕੀਤਾ ਜਾ ਰਿਹਾ। ਠੀਕ ਹੈ ਜੀ, ਮੈਂ ਤੁਹਾਡੀ ਇਹ ਗੱਲ ਪਹੁੰਚਾ ਦੂੰਗਾ।